ਸਭ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸਨੀ ਸਿੰਘ, ਅੱਜ ਮੈਂ ਫਿਰ ਆ ਗਿਆ ਹਾਂ ਤੁਹਾਨੂੰ ਹਸਾਉਣ ਵਾਸਤੇ। ਅੱਜ ਦੀ ਕਹਾਣੀ ਬੜੀ ਹੀ ਇੰਟਰਸਟਿੰਗ ਹੈ, ਪਲੀਜ਼ ਧਿਆਨ ਨਾਲ ਸੁਣਨਾ। ਇੱਕ ਵਾਰੀ ਕੋਈ ਮੁੰਡਾ ਆਪਣੇ ਮਾਂ ਬਾਪ ਨਾਲ ਕਿਸੇ ਕੁੜੀ ਦੇ ਘਰ ਰਿਸ਼ਤਾ ਮੰਗਣ ਜਾਂਦਾ ਹੈ। ਤਾਂ ਜਦੋਂ ਉਹ ਉੱਥੇ ਪਹੁੰਚਦੇ ਨੇ ਕੁੜੀ ਦੇ ਘਰ, ਤਾਂ ਕੁੜੀ ਦੇ ਮਾਂ ਬਾਪ ਅਤੇ ਉਹਦੇ ਮਾਂ ਬਾਪ ਮੁੰਡੇ ਆਹਮਣੇ ਸਾਹਮਣੇ ਬੈਠੇ ਹੁੰਦੇ ਨੇ, ਅਤੇ ਉਸ ਤੋਂ ਬਾਅਦ ਕੁੜੀ ਆਉਂਦੀ ਹੈ ਚਾਹ ਪਾਣੀ ਲੈ ਕੇ, ਜੋ ਵੀ ਹੈ। ਉਸ ਤੋਂ ਬਾਅਦ ਉਹਦੇ ਮਾਂ ਬਾਪ ਮੁੰਡੇ ਦੇ ਅਤੇ ਕੁੜੀ ਦੇ ਦੋਨਾਂ ਨੂੰ ਕਹਿੰਦੇ ਨੇ, ਤੁਸੀਂ ਆਪਸ ਵਿੱਚ ਇਕੱਲੇ ਬੈਠ ਕੇ ਗੱਲ ਕਰ ਲਓ, ਤੁਸੀਂ ਸਾਰੀ ਉਮਰ ਇਕੱਠਿਆਂ ਨੇ ਕੱਟਣੀ ਹੈ। ਤਾਂ ਉਹ ਦੋਨੋਂ ਮੁੰਡਾ ਕੁੜੀ ਬਗੀਚੇ ਵਿੱਚ ਚਲੇ ਜਾਂਦੇ ਨੇ। ਉੱਥੇ ਮੁੰਡਾ ਕੁੜੀ ਨੂੰ ਸਵਾਲ ਕਰਦਾ ਹੈ ਕਿ ਤੂੰ ਕਿੰਨੀ ਪੜ੍ਹੀ ਲਿਖੀ ਹੈ। ਕੁੜੀ ਜਵਾਬ ਦਿੰਦੀ ਹੈ, ਮੈਂ ਪੂਰੀ 8 ਪਾਸ ਹਾਂ। ਮੁੰਡਾ ਕਹਿੰਦਾ, ਅੱਗੇ ਕਿਉਂ ਨਹੀਂ ਪੜ੍ਹੀ? ਕਹਿੰਦੀ ਕਿ ਸਕੂਲ ਦੂਰ ਸੀ ਤਾਂ ਘਰਦਿਆਂ ਨੇ ਅੱਗੇ ਪੜ੍ਹਨ ਨਹੀਂ ਦਿੱਤਾ। ਅਤੇ ਉਸ ਤੋਂ ਬਾਅਦ ਕੁੜੀ ਨੂੰ ਪੁੱਛਦਾ ਹੈ ਕਿ ਤੂੰ ਰੋਟੀਆਂ ਪਕਾ ਲੈਂਦੀ ਹੈ? ਕੁੜੀ ਕਹਿੰਦੀ, ਹਾਂ ਹਾਂ, ਛੋਟੀਆਂ ਛੋਟੀਆਂ ਗੋਲ ਗੋਲ ਰੋਟੀਆਂ ਪਕਾ ਲੈਂਦੀ ਹਾਂ। ਅਤੇ ਮੁੰਡਾ ਕਹਿੰਦਾ, ਫਿਰ ਤਾਂ ਸਬਜ਼ੀ ਵੀ ਬਣਾ ਲੈਂਦੀ ਹੋਣੀ? ਕਹਿੰਦੀ, ਹਾਂ ਹਾਂ, ਸਬਜ਼ੀ ਵੀ ਬਣਾ ਲੈਂਦੀ ਹਾਂ। ਕਹਿੰਦਾ, ਕਿਹੜੀ ਕਿਹੜੀ ਸਬਜ਼ੀਆਂ ਬਣਾ ਲੈਂਦੀ ਹੈ? ਤਾਂ ਕੁੜੀ ਕਹਿੰਦੀ, ਸਾਰੀਆਂ ਸਬਜ਼ੀਆਂ ਬਣਾ ਲੈਂਦੀ ਹਾਂ, ਆਲੂ, ਗੋਭੀ, ਮਟਰ, ਆਲੂ ਪਨੀਰ, ਟਿੰਡਾ, ਤੋਰੀ। ਫਿਰ ਮੁੰਡਾ ਕਹਿੰਦਾ, ਫਿਰ ਤਾਂ ਤੂੰ ਬੈਂਗਣ ਵੀ ਬਣਾ ਲੈਂਦੀ ਹੋਣੀ? ਕਹਿੰਦੀ, ਹਾਂ, ਬੈਂਗਣ ਵੀ ਬਣਾ ਲੈਂਦੀ ਹਾਂ। ਕਹਿੰਦਾ, ਕਿਹੜਾ ਬੈਂਗਣ ਬਣਾ ਲੈਂਦੀ ਹੈ? ਬੈਂਗਣ ਦਾ ਭਰਥਾ ਬਣਾਉਂਦੀ ਹੈ ਜਾਂ ਕੱਟ ਕੇ ਬਣਾਉਂਦੀ ਹੈ? ਬਸ ਇਹੀ ਗੱਲ ਸੁਣ ਕੇ ਕੁੜੀ ਅੱਗ ਬਬੂਲਾ ਹੋ ਜਾਂਦੀ ਹੈ। ਅਤੇ ਫਿਰ ਉਹ ਮੁੰਡੇ ਨੂੰ ਕੀ ਕਹਿੰਦੀ ਹੈ ਸੁਣੋ ਜ਼ਰਾ, ਮੈਂ 2 ਮਿੰਟ 'ਚ ਆਇਆ ਬਸ। ਮਰ ਜਾਣੇ ਪੰਜਰਾ ਕੁੱਤਿਆ, ਤੂੰ ਇੱਥੇ ਕੁੜੀ ਦੇਖਣ ਆਇਆ ਕਿ ਨੌਕਰ ਨਹੀਂ ਲੱਭਣ ਆਇਆ? ਘੰਟਾ ਹੋ ਗਿਆ ਦਿਮਾਗ ਖਾਂਦੇ ਨੂੰ, ਇਹ ਬਣਾਉਣੇ ਆਉਂਦੇ, ਉਹ ਬਣਾਉਣੇ ਆਉਂਦੇ। ਵੱਡਾ ਆਇਆ ਭੜਥਾ ਖਾਣ ਵਾਲਾ, ਮਾਰ ਮਾਰ ਕੇ ਜੁੱਤੀਆਂ ਤੇਰਾ ਮੂੰਹ ਬਤਾਉਂ ਵਰਗਾ ਕਰ ਦੂੰਗੀ, ਭੱਜ ਜਾ ਇੱਥੋਂ। ਹਾਂਜੀ, ਸੁਣ ਲਈ ਕੁੜੀ ਦੀਆਂ ਗੱਲਾਂ? ਜੇਕਰ ਤੁਸੀਂ ਵੀ ਕਿਸੇ ਦੇ ਘਰ, ਕਿਸੇ ਕੁੜੀ ਦੇ ਘਰ ਰਿਸ਼ਤਾ ਮੰਗਣ ਜਾਂਦੇ ਹੋ ਤਾਂ ਇਹ ਗਲਤੀ ਕਦੇ ਨਾ ਕਰਨਾ, ਨਹੀਂ ਤਾਂ ਕੁਆਰੇ ਹੀ ਰਹਿ ਜਾਓਗੇ। ਖੈਰ, ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ, ਥੋੜ੍ਹੀ ਜਿਹੀ ਵੀ ਹੱਸੀ ਆਈ, ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਬਾਕੀ ਹੱਸਦੇ ਰਹੋ ਅਤੇ ਵੱਸਦੇ ਰਹੋ ਅਤੇ ਮੇਰੀ ਵੀਡੀਓ ਦੇਖਦੇ ਰਹੋ। ਥੈਂਕ ਯੂ।